ਆਉਣ ਵਾਲਾ ਕੁਝ ਸਮਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਔਂਕੜਾ ਭਰਿਆ ਹੋਵੇਗਾ ਕਿਉਂਕਿ ਅਮਰੀਕੀ ਪ੍ਰਤੀਨਿਧ ਸਦਨ ਦੇ ਸਪੀਕਰ ਨੈਂਸੀ ਪੈਲੋਸੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਮਹਾਂਦੋਸ਼ ਦਾ ਮੁਕੱਦਮਾ ਚਲਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਜੇਕਰ ਸਭ ਕੁਝ ਤੈਅ ਪ੍ਰੋਗਰਾਮ ਤੇ ਹੋਇਆ ਤਾਂ ਵਿਰੋਧੀ ਧਿਰ ਡੈਮੋਕ੍ਰੈਟਿਕ ਪਾਰਟੀ ਦੇ ਬਹੁਮਤ ਵਾਲੇ ਇਸ ਹੇਠਲੇ ਸਦਨ ਵਿੱਚ ਡੋਨਾਲਡ ਟਰੰਪ ਤੇ ਲੱਗੇ ਦੋਸ਼ਾਂ ਤੇ ਕ੍ਰਿਸਮਿਸ 25 ਦਸੰਬਰ ਦੇ ਆਸ ਪਾਸ ਵੋਟਿੰਗ ਹੋ ਸਕਦੀ ਹੈ। ਨੈਂਸੀ ਪੈਲੋਸੀ ਨੇ ਐਲਾਨ ਕੀਤਾ ਕਿ ਪ੍ਰਤੀਨਿਧ ਸਦਨ ਡੋਨਾਲਡ ਟਰੰਪ ਵਿਰੁੱਧ ਮਹਾਂਦੋਸ਼ ਦੀ ਪ੍ਰਕਿਰਿਆ ਅੱਗੇ ਵਧਾਉਣ ਦੀ ਤਿਆਰੀ ਕਰੇ। ਉਹਨਾਂ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਸਾਡੇ ਲੋਕਤੰਤਰ ਲਈ ਖਤਰਾ ਹੈ ਤੇ ਸਾਡੇ ਸਾਹਮਣੇ ਉਹਨਾਂ ਵਿਰੁੱਧ ਮਹਾਂਦੋਸ਼ ਚਲਾਉਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਹੈ ਤੇ ਅਜਿਹਾ ਅਸੀਂ ਦੁਖੀ ਮਨ ਨਾਲ ਕਰਾਂਗੇ, ਪਰ ਇਹ ਕੰਮ ਸਾਨੂੰ ਪੂਰੇ ਵਿਸ਼ਵਾਸ ਨਾਲ ਕਰਨਾ ਹੋਵੇਗਾ। ਸਾਡੇ ਰਾਸ਼ਟਰਪਤੀ ਨੇ ਸੰਵਿਧਾਨ ਦੀ ਗੰਭੀਰ ਉਲੰਘਣਾ ਕੀਤੀ ਹੈ। ਹੁਣ ਤੁਹਾਨੂੰ ਦੱਸ ਦਿਆਂਗੇ ਆਖਿਰ ਕੀ ਹੈ ਪੂਰਾ ਮਾਮਲਾ। ਮਾਮਲਾ ਟਰੰਪ ਦੇ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਖਿਲਾਫ ਯੂਕਰੇਨ ਵਿੱਚ ਜਾਂਚ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਦਾ ਹੈ। ਟਰੰਪ ਨੇ ਇਸ ਲਈ ਆਪਣੇ ਯੂਕਰੇਨੀ ਹਮ ਅਹੁਦਾ ਵੋਲੋਦੀਮੀਰ ਜੈਲਨਸੈਂਕੀ ਤੇ ਦਬਾਅ ਪਾਇਆ ਸੀ। ਕਿਹਾ ਜਾਂਦਾ ਹੈ ਕਿ ਬਿਡੇਨ ਡੈਮੋਕ੍ਰੈਟਿਕ ਪਾਰਟੀ ਵੱਲੋਂ 2020 ਦੀਆਂ ਚੋਣਾਂ ਵਿੱਚ ਟਰੰਪ ਖਿਲਾਫ ਉਮੀਦਵਾਰ ਹੋ ਸਕਦੇ ਨੇ, ਇਸ ਲਈ ਟਰੰਪ ਨੇ ਉਹਨਾਂ ਦਾ ਰਸਤਾ ਰੋਕਣ ਲਈ ਉਹਨਾਂ ਨੂੰ ਜਾਂਚ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ। ਟਰੰਪ ਤੇ ਜੈਨਲੇਸਕੀ ਵਿਚਾਲੇ ਟੈਲੀਫੋਨ ਤੇ ਹੋਈ ਗੱਲਬਾਤ ਨੂੰ ਕਈ ਅਧਿਕਾਰੀਆਂ ਨੇ ਸੁਣਿਆ ਤੇ ਉਹਨਾਂ ਵਿੱਚੋਂ ਇੱਕ ਅਧਿਕਾਰੀ ਨੇ ਵਿਲਸਨ ਬਲੌਰ ਦੇ ਰੂਪ ਵਿੱਚ ਡੈਮੋਕ੍ਰੈਟਿਕ ਨੇਤਾਵਾਂ ਨੂੰ ਪੂਰੀ ਗੱਲ ਦੱਸੀ ਤੇ ਉਸੇ ਤੋਂ ਬਾਅਦ ਟਰੰਪ ਤੇ ਮਹਾਂਦੋਸ਼ ਚਲਾਉਣ ਦੀ ਰੂਪਰੇਖਾ ਤਿਆਰ ਹੋਈ। ਜੇਕਰ 2/3 ਬਹੁਮਤ ਨਾਲ ਸੰਸਦ ਨੇ ਮਤਾ ਪਾਸ ਕਰ ਦਿੱਤਾ ਤਾਂ ਟਰੰਪ ਨੂੰ ਰਾਸ਼ਟਰਪਤੀ ਅਹੁਦਾ ਛੱਡਣਾ ਪਵੇਗਾ, ਪਰ ਇਸ ਦੀ ਸੰਭਾਵਨਾ ਬਹੁਤ ਘੱਟ ਹੈ ਕਿਉਂਕਿ ਉਸ ਸਦਨ ਸੈਨੇਟ ਵਿੱਚ ਟਰੰਪ ਦੀ ਰਿਪਬਲਿਕਨ ਪਾਰਟੀ ਦਾ ਬਹੁਮਤ ਹੈ ਜਿੱਥੇ ਮਹਾਂਦੋਸ਼ ਮਤੇ ਦੇ ਡਿੱਗਣ ਦੇ ਆਸਾਰ ਨੇ। ਦੂਜੇ ਪਾਸੇ ਟਰੰਪ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਉਹਨਾਂ ਕੋਲ ਮਹਾਂਦੋਸ਼ ਦਾ ਕੋਈ ਮਾਮਲਾ ਨਹੀਂ ਹੈ ਤੇ ਅਜਿਹੇ ਮਹਾਂਦੋਸ਼ਾਂ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹਨਾਂ ਕਿਹਾ ਕਿ ਡੈਮੋਕ੍ਰੇਟਸ ਪਾਗਲ ਹੋ ਗਏ ਨੇ, ਇਸ ਲਈ ਮੈਂ ਕਹਿੰਦਾ ਹਾਂ ਕਿ ਜੇ ਤੁਸੀਂ ਮੇਰੇ ਵਿਰੁੱਧ ਮਹਾਂਦੋਸ਼ ਚਲਾਉਣ ਜਾ ਰਹੇ ਹੋ ਤਾਂ ਤੁਸੀਂ ਛੇਤੀ ਇਹ ਕਰੋ ਤਾਂ ਜੋ ਅਸੀਂ ਸੈਨੇਟ ਵਿੱਚ ਇਸ ਦੀ ਨਿਰਪੱਖ ਸੁਣਵਾਈ ਕਰ ਸਕੀਏ ਤੇ ਦੇਸ਼ ਵਿੱਚ ਕੰਮਕਾਜ ਆਮ ਵਾਂਗ ਹੋ ਸਕੇ। ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਉਹਨਾਂ ਵਿਰੁੱਧ ਮਹਾਂਦੋਸ਼ ਚਲਾਉਣ ਦਾ ਸਿਰਫ ਐਲਾਨ ਹੀ ਕਰ ਸਕਦੇ ਨੇ। ਸਭ ਤੋਂ ਵਧੀਆ ਗੱਲ ਇਹੋ ਹੈ ਕਿ ਰਿਪਬਲਿਕਨ ਪਾਰਟੀ ਦੇ ਆਗੂ ਇਸ ਮੁੱਦੇ ਤੇ ਕੋਈ ਹੁੰਗਾਰਾ ਨਹੀਂ ਦੇ ਰਹੇ। ਉਹਨਾਂ ਦੁਹਰਾਇਆ ਕਿ ਮਹਾਂਦੋਸ਼ ਵਿਰੁੱਧ ਜੰਗ ਉਹੀ ਜਿੱਤਣਗੇ। ਦੱਸ ਦਈਏ ਕਿ ਟਰੰਪ ਇਸ ਵੇਲੇ 3 ਦਿਨਾਂ ਲਈ ਇੰਗਲੈਂਡ ਦੇ ਦੌਰੇ ਤੇ ਨੇ, ਪਰ ਉਹਨਾਂ ਇਸ ਕਾਰਵਾਈ ਤੇ ਜਵਾਬ ਵਿੱਚ ਕਿਹਾ ਕਿ ਉਹ ਮਹਾਂਦੋਸ਼ ਵਿਰੁੱਧ ਜੰਗ ਵਿੱਚ ਜ਼ਰੂਰ ਜਿੱਤਣਗੇ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।